ਲੰਗਰ ਦੇ ਭਾਂਡਿਆਂ 'ਚ ਲੁਕਾ ਕੇ ਨਸ਼ਾ ਤਸਕਰੀ ਦਾ ਭਾਂਡਾ ਫੋੜ। ਪੰਜਾਬ ਤੋਂ ਕੈਨੇਡਾ ਭੇਜਿਆ ਜਾਂਦਾ ਸੀ ਕੈਮੀਕਲ ਨਸ਼ਾ। ਦੋ ਕੜਾਹੀਆਂ ਨੂੰ ਜੋੜ ਕੇ ਵਿੱਚ ਲੁਕਾਇਆ ਗਿਆ ਸੀ ਨਸ਼ਾ। ਲੰਗਰ ਦੀਆਂ ਕੜਾਹੀਆਂ ਦੇ ਨਾਂ 'ਤੇ ਨਸ਼ਾ ਤਸਕਰੀ ਨੇ ਜਿੱਥੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਢਾਹ ਲਈ ਹੈ, ਉੱਥੇ ਨਸ਼ਾ ਤਸਕਰੀ ਦੇ ਇਸ ਖੁਲਾਸੇ ਨੇ ਵਿਦੇਸ਼ਾਂ ਵਿੱਚ ਭੇਜੀਆਂ ਜਾਂਦੀਆਂ ਲੰਗਰ ਦੀਆਂ ਰਸਤਾ ਬਸਤਾ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ। ਇਹਨਾਂ ਕੜਾਹੀਆਂ ਜ਼ਰੀਏ ਕੈਨੇਡਾ ਵਿੱਚ ਨਸ਼ੇ ਦੀ ਸਪਲਾਈ ਹੁੰਦੀ ਸੀ। ਕੈਂਟਾਮਾਈਨ ਡਰੱਗਸ ਅਤੇ ਅਫੀਮ ਦੀ ਖੇਪ ਕੜਾਹੀਆਂ ਕੱਟ ਕੇ ਬਰਾਮਦ ਕੀਤੀ। ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਇੱਕ NRI ਦਵਿੰਦਰ ਸਿੰਘ ਸ਼ਾਮਲ ਹੈ। ਡਰੱਗਸ ਦੀ ਦੁਨੀਆ ਦੇ ਬਾਦਸ਼ਾਹ ਵਜੋਂ ਮਸ਼ਹੂਰ NRI ਦਵਿੰਦਰ ਸਿੰਘ ਪਹਿਲਾਂ ਵੀ ਕਈ ਕੇਸਾਂ 'ਚ ਭਗੌੜਾ ਸੀ। ਕੱਲ੍ਹ ਅਸੀਂ ਕਾਊਂਟਰ ਇੰਟੈਲੀਜੈਂਸ ਦੀ ਟੀਮਸ ਨੇ ਡਿਸਟ੍ਰਿਕਟ ਰੂਰਲ ਪੁਲਿਸ ਜਲੰਧਰ ਦੇ ਨਾਲ ਇੱਕ ਓਪਰੇਸ਼ਨ ਕੀਤਾ ਹੈ। ਆਦਮਪੁਰ ਦੇ ਨਾਲ ਹੀ ਇਧਰਲਾ ਏਰੀਆ ਪੈ ਜਾਂਦਾ ਪਤਾਰਾ ਪੁਲਿਸ ਸਟੇਸ਼ਨ ਦਾ, ਉਹਦੇ ਵਿੱਚ ਦੋ ਗੱਡੀਆਂ 'ਚ ਚਾਰ ਬੰਦੇ ਫੜੇ ਹੈਗੇ ਆ, ਉਹਨਾਂ ਦੇ ਵਿੱਚੋਂ ਇੱਕ ਕੈਨੇਡੀਅਨ ਹੈਗਾ, ਤਿੰਨ ਇੰਡੀਅਨ ਹੈਗੇ ਆ। ਇਹ ਜਿਹੜਾ ਮਡੂਲ ਬਸਟ ਹੋਇਆ, ਇਹ ਇੰਟਰਨੈਸ਼ਨਲ ਡਰੱਗ ਸਮਗਲਿੰਗ ਦਾ ਮਡੂਲ ਹੈਗਾ, ਜਿਹੜਾ ਇੰਡੀਆ ਤੋਂ ਕੈਨੇਡਾ ਜਿਹੜੀ ਕੰਟਰੀ ਹੈਗੀ ਹੈ ਉੱਥੇ ਡਰੱਗ ਸਮਗਲਿੰਗ ਕਰਨ ਦਾ ਪਲੈਨ ਬਣਾ ਰਹੇ ਸੀ। ਇਹਨਾਂ ਨੇ ਇਨੀਸ਼ਲੀ ਦੋ ਕੰਸਾਈਨਮੈਂਟਸ ਜਿਹੜੀਆਂ ਟ੍ਰਾਇਲ ਬੇਸਿਸ 'ਤੇ OPM ਦੀਆਂ ਆਲਰੇਡੀ ਭੇਜੀਆਂ ਸੀ, ਅਤੇ ਹੁਣ ਇਹ ਇੱਕ ਜਿਹੜੀ ਬੜੀ ਰੇਅਰ ਔਰ ਕੋਸਟਲੀ ਡਰੱਗ ਹੈਗੀ ਕੈਟਾਮਾਈਨ, ਇਹ ਉਹਨੂੰ ਵੀ ਇਹਨਾਂ ਨੇ ਉੱਥੇ ਐਕਸਪੋਰਟ ਕਰਨ ਲਈ ਕੋਰੀਅਰ ਇੱਕ ਨਵਾਂ ਚੈਨਲ ਜਿਹੜਾ ਹੈਗਾ ਆ ਯੂਜ਼ ਕਰਕੇ ਉੱਥੇ ਕੋਸ਼ਿਸ਼ ਕਰ ਰਹੇ ਸੀ। ਇਨ ਬਿਟਵੀਨ ਜਿਹੜਾ ਸਾਡੇ ਕੋਲ ਤਲਾਹ ਆਈ ਅਤੇ ਅਸੀਂ ਉਹਦੇ ਉੱਪਰ ਪ੍ਰੋਪਰ ਐਕਟ ਕਰਕੇ ਅਤੇ ਇਹਨਾਂ ਨੂੰ ਕਾਬੂ ਕਰ ਲਿਆ। ਇਟਸ ਏ ਵੈਰੀ ਬਿਗ ਕੈਚ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਤਸਕਰਾਂ ਨੇ ਦੋ ਕੜਾਹੀਆਂ 'ਚ ਨਸ਼ਾ ਫਿੱਟ ਕਰਕੇ ਉਹਨਾਂ ਨੂੰ ਵੈਲਡਿੰਗ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਇਹ ਡਰੱਗ ਇਹਨਾਂ ਨੇ ਕੈਨੇਡਾ ਰਹਿੰਦੇ NRI ਕੰਵਲਜੀਤ ਚੌਹਾਨ ਨੂੰ ਸਪਲਾਈ ਕਰਨਾ ਸੀ। ਇਹਦੇ ਵਿੱਚ ਜਿਹੜਾ ਇਹਨਾਂ ਨੇ ਕੋਰੀਅਰ ਰੂਟ ਯੂਜ਼ ਕੀਤਾ, ਜਿਹੜਾ ਕੈਨੇਡੀਅਨ ਇੱਕ ਬੰਦਾ ਇਹਦੇ ਵਿੱਚ ਇਨਵੋਲਵ ਆ, ਕਮਲਜੀਤ ਚੌਹਾਨ ਜਿਹੜਾ ਟੋਰਾਂਟੋ ਦਾ ਰਹਿਣ ਵਾਲਾ ਹੈਗਾ, ਉਹਦੇ ਨਾਲ ਬੇਸਿਕਲੀ ਕੰਸਾਈਨਮੈਂਟ ਸਾਰੀ ਉਹ ਮੰਗਾ ਰਿਹਾ ਸੀ। ਜਿਹੜਾ ਕਮਲਜੀਤ ਚੌਹਾਨ ਆ, ਉਹਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਇਹਨੂੰ ਕੋਰੀਅਰ ਕਰ ਦਿਓ। ਬੜਾ ਫਾਈਨ ਕੁਆਲਿਟੀ ਦੇ ਨਾਲ ਇਹਨਾਂ ਨੇ, ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਉਹ ਆਪਣਾ ਟੈਕਨੀਕਲੀ ਬੜਾ ਸਾਊਂਡ ਆ, ਵੈਲਡਿੰਗ ਦਾ ਉਹਨੇ ਕੋਰਸ ਕੀਤਾ ਹੋਇਆ। ਇਹਨਾਂ ਨੇ ਮਲੇਰਕੋਟਲੇ ਤੋਂ, ਜਿੱਥੋਂ ਸਾਰੇ ਪੰਜਾਬ ਦੇ ਲੰਗਰ ਲਈ ਕੜਾਹੀਆਂ ਬਣਦੀਆਂ, ਬੜੀ ਵੱਡੀ ਫੈਕਟਰੀ ਹੈਗੀ ਆ, ਉੱਥੋਂ ਇਹਨਾਂ ਨੇ ਕੜਾਹੇ ਮੰਗਾਏ ਔਰ ਇਹ 14 ਕੜਾਹੀਆਂ ਨੂੰ ਇਹਨਾਂ ਨੇ 7 ਕੜਾਹੀਆਂ ਦੇ ਵਿੱਚ ਦੋ ਦੋ ਕੜਾਹੀਆਂ ਇਕੱਠੀਆਂ ਕਰ ਲਈਆਂ ਔਰ ਉਹਦੇ ਵਿੱਚ ਇਹਨਾਂ ਨੇ ਸਾਰਾ ਸਾਰਾ ਦਿਨ ਲਾ ਕੇ ਉਹ ਇੰਨੀ ਨੀਟਲੀ ਜਿਹੜੀ ਹੈਗੀ ਡਰੱਗ ਉਹਦੇ ਵਿੱਚ ਫਿਕਸ ਕੀਤੀ, ਜਿਹੜੀਆਂ ਦੋ ਲੇਅਰ ਸੀਗੀਆਂ ਕੜਾਹੀਆਂ ਦੀਆਂ ਉਹਨਾਂ ਦੇ ਵਿੱਚ ਫਿਕਸ ਕਰ ਲਈਆਂ। ਫਿਕਸ ਕਰਕੇ ਇਹਨਾਂ ਨੇ ਉਹਨੂੰ ਬਿਲਡ ਕਰਤਾ ਔਰ ਜਿਹੜਾ ਉਹ ਬਿਲਡ ਕੀਤਾ ਅਤੇ ਉਹ ਸਾਨੂੰ ਵੀ ਦੇਖ ਕੇ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਇਹ ਦੋ ਕੜਾਹੀਆਂ ਹੋਣਗੀਆਂ, ਮਤਲਬ ਬਿਲਕੁਲ ਇੱਕੋ ਹੀ ਕੜਾਹੀ ਲੱਗ ਰਹੀ ਸੀ, 7 ਕੜਾਹੇ ਸੀ ਵੱਡੇ। ਉਹਦੇ ਵਿੱਚ ਇਹਨਾਂ ਨੇ ਡਰੱਗ ਕਰ ਲਿਆ। ਉਹ ਇਹਨਾਂ ਨੇ ਇੱਥੇ ਕੋਈ ਲੋਕਲ ਕੋਰੀਅਰ ਦੀ ਏਜੰਸੀ ਸੀ, ਉੱਥੋਂ ਇਹਨਾਂ ਨੇ ਕੋਰੀਅਰ ਕਰਵਾ ਦਿੱਤਾ, ਪਰ ਫਿਰ ਜਿਹੜਾ ਇਹਦਾ ਡਰੱਗ ਲੋਡ ਸੀ ਕੈਨੇਡੀਅਨ, ਉਹਨੇ ਇਹਨਾਂ ਨੂੰ ਕਿਹਾ ਵੀ ਇਹ ਤੁਸੀਂ ਗਲਤੀ ਕਰ ਲਈ ਹੈ, ਤੁਸੀਂ ਇਹ ਕੋਰੀਅਰ ਕੰਪਨੀ ਤੋਂ ਵਾਪਸ ਮੰਗਾ ਕੇ ਡਰੱਗ ਜਿਹੜਾ ਹੈਗਾ ਆ ਸਾਨੂੰ ਕਿਸੇ ਹੋਰ ਕੋਰੀਅਰ ਕੰਪਨੀ ਤੋਂ ਡਰੱਗ ਕਰੋ, ਸਪਲਾਈ ਕਰੋ। ਜਦੋਂ ਇਹਨਾਂ ਨੇ ਉਹ ਖੇਪ ਵਾਪਸ ਮੰਗਾ ਲਈ, ਇਨ ਬਿਟਵੀਨ ਇਹ ਦੂਜੇ ਪਾਸੇ ਇਹਨਾਂ ਨੇ ਹਲੇ ਤੱਕ ਕੋਰੀਅਰ ਕਰਵਾਉਣਾ ਸੀ, ਉਹਦੇ ਵਿਚਕਾਰ ਇਹ ਸਾਡੇ ਕੋਲ ਟ੍ਰੈਪ 'ਚ ਫੜੇ ਗਏ। ਪੁਲਿਸ ਨੂੰ ਇਹਨਾਂ ਤੋਂ 5 ਕਿਲੋ ਕੈਂਟਾਮਾਈਨ ਡਰੱਗ, 6 ਕਿਲੋ ਅਫੀਮ ਬਰਾਮਦ ਹੋਈ ਹੈ। ਕੈਂਟਾਮਾਈਨ ਲਈ ਇਹਨਾਂ ਨੇ ਕੈਮੀਕਲ UP ਦੇ ਰਾਮਪੁਰ ਤੋਂ ਖਰੀਦਿਆ ਸੀ। ਇਹ ਜਿਹੜੀਆਂ ਟੋਟਲ ਕੜਾਹੀਆਂ ਨੂੰ ਜਦੋਂ ਕਰਕੇ ਸਾਰਾ ਚੈੱਕ ਕੀਤਾ ਗਿਆ ਅਤੇ 5 ਕਿਲੋ ਕੈਂਟਾਮਾਈਨ ਅਤੇ 6 ਕਿਲੋ OPM ਰਿਕਵਰ ਹੋਈ ਹੈ।
ਦੋ ਗੱਡੀਆਂ ਬੜੀਆਂ ਵੱਡੀਆਂ ਜਿਹੜੀਆਂ ਐਸ ਯੂ ਵੀਜ਼ ਆ, ਟਰੈਨੋ ਔਰ ਇੱਕ ਦੂਜੀ ਆ ਮਾਈਕਰਾ, ਉਹ ਦੋ ਗੱਡੀਆਂ, ਚਾਰ ਬੰਦੇ, 6 ਕਿਲੋ ਓਪੀਅਮ ਅਤੇ 5 ਕਿਲੋ ਕੈਟਾਮਾਈਨ ਰਿਕਵਰ ਹੋਏ। ਫਿਲਹਾਲ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਰਿਮਾਂਡ 'ਤੇ ਲੈ ਲਿਆ। ਪੁਲਿਸ ਨੂੰ ਦੋਸ਼ੀਆਂ ਦੇ ਕੋਲੋਂ ਕੌਮਾਂਤਰੀ ਪੱਧਰ 'ਤੇ ਚੱਲ ਰਹੀ ਨਸ਼ਾ ਤਸਕਰੀ ਬਾਰੇ ਕਈ ਰਾਜ ਉਜਾਗਰ ਹੋਣ ਦੀ ਆਸ ਹੈ। ਜਲੰਧਰ ਤੋਂ ਮਨਵੀਰ ਸੱਭਰਵਾਲ, T5 ਚੈਨਲ ਪੰਜਾਬੀ।